ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਹੈ ਦਲਜੀਤ ਸਿੰਘ। ਮੈਂ ਸਾਡੇ ਆਫੀਸ਼ੀਅਲ ਯੂਟਿਊਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਹਾਂ। ਅਸੀਂ ਅੱਜ ਲੈ ਕੇ ਆਏ ਤੁਹਾਡੇ ਲਈ ਇੱਕ ਖਾਸ ਮਾਡੂਲਰ ਕਿਚਨ, ਜੋ ਕਿ ਤੁਹਾਨੂੰ ਪੂਰੀ ਫੁੱਲ ਵੀਡੀਓ ਦੇ ਵਿੱਚ ਦਿਖਾਉਂਦੇ ਆ ਅਸੀਂ ਵੀ ਆਪਾਂ ਇਹ ਆਪਣੇ ਘਰ ਦੇ ਵਿੱਚ ਮਾਡੂਲਰ ਕਿਚਨ ਨੂੰ ਕਿਸ ਤਰ੍ਹਾਂ ਰੈਡੀ ਕਰਵਾ ਸਕਦੇ ਹਾਂ, ਕਿਵੇਂ ਬਣਾ ਸਕਦੇ ਹਾਂ, ਔਰ ਸਾਰੇ ਹੀ ਮਾਡੂਲਰ ਕਿਚਨ ਦੇ ਜੋ ਵੀ ਫੀਚਰ ਨੇ ਆਪਾਂ ਤੁਹਾਨੂੰ ਉਹ ਸਟੈਪ ਬਾਈ ਸਟੈਪ ਸਾਰੀ ਵੀਡੀਓ ਦੇ ਵਿੱਚ ਦੱਸਾਂਗੇ ਵੀ ਆਪਾਂ ਨੇ ਇੱਥੇ ਕਿਹੜੀ ਚੀਜ਼ ਬਣਾਈ ਆ ਔਰ ਇਸ ਨੂੰ ਆਪਾਂ ਕਿਸ ਤਰ੍ਹਾਂ ਯੂਜ਼ ਕਰਨਾ ਹੈਗਾ ਔਰ ਆਪਾਂ ਕਿਵੇਂ ਬਣਾ ਸਕਦੇ ਆਪਣੇ ਘਰ ਦੇ ਵਿੱਚ। ਜਦੋਂ ਆਪਾਂ ਆਪਣੇ ਘਰ ਕਿਚਨ ਤਿਆਰ ਕਰਵਾਉਂਦੇ ਹਾਂ, ਮੈਨੂੰ ਬਹੁਤ ਸਾਰੇ ਕਸਟਮਰ ਦੇ, ਬਹੁਤ ਸਾਰੇ ਫਰੈਂਡ ਦੇ ਮੈਨੂੰ ਇਹੀ ਕਮੈਂਟਸ ਆਉਂਦੇ ਨੇ ਔਰ ਮੈਸੇਜ ਆਉਂਦੇ ਨੇ, ਉਹ ਪੁੱਛਦੇ ਨੇ ਵੀ ਆਪਾਂ ਆਪਣੇ ਘਰ ਕਿਚਨ ਬਣਵਾਉਣੀ ਆ ਔਰ ਕਿਸ ਤਰ੍ਹਾਂ ਅਸੀਂ ਬਣਾਈਏ ਔਰ ਜੋ ਕਿ ਕਿਚਨ ਦਾ ਸਾਈਜ਼ ਕਿੰਨਾ ਹੋਣਾ ਚਾਹੀਦਾ। ਜੇ ਤੁਹਾਨੂੰ ਮੈਂ ਇਸ ਕਿਚਨ ਦਾ ਪੂਰਾ ਪ੍ਰੋਪਰ ਸਾਈਜ਼ ਦੱਸ ਦਿੰਦਾ, 10x12 ਦੀ ਇਹ ਪੂਰੀ ਸਾਡੀ ਫੁੱਲ ਐਲ ਸ਼ੇਪ ਕਿਚਨ ਹੈਗੀ ਔਰ ਇਸ ਦੇ ਵਿੱਚ ਜੋ ਸਭ ਤੋਂ ਸਟਾਰਟਿੰਗ ਪੁਆਇੰਟ ਤੇ ਆਪਣਾ ਇਹ ਹੁੰਦਾ ਵੀ ਇੱਕ ਮਾਰਬਲ ਲੱਗਿਆ ਹੋਣਾ ਚਾਹੀਦਾ। ਇੱਥੇ ਤੁਸੀਂ ਦੇਖ ਰਹੇ ਹੋ ਮਾਰਬਲ ਲੱਗਿਆ ਹੋਇਆ ਸਾਡਾ ਇੱਥੇ ਔਰ ਜਿਹੜੀ ਇਹਦੀ ਵਿਰਥ ਦੀ ਗੱਲ ਕਰਾਂ ਉਹ 26 ਇੰਚ ਰਖਵਾਈ ਹੋਈ ਹੈ ਔਰ ਇਸਦੇ ਨੀਚੇ ਵੀ ਜੋ ਪਾਣੀ ਵਗੈਰਾ ਹੋਊਗਾ ਉਹ ਸਾਰਾ ਆਪਣਾ ਨੀਚੇ ਹੀ ਗਿਰੂਗਾ, ਮਤਲਬ ਆਪਣੇ ਪੱਲਿਆਂ ਦੇ ਉੱਪਰ ਨਹੀਂ। ਸਾਡੀ ਤਕਰੀਬਨ ਸਾਰੀ ਐਲ ਸ਼ੇਪ ਕਿਚਨ ਹੈ ਔਰ ਆਪਾਂ ਸਟਾਰਟਿੰਗ ਪੁਆਇੰਟ ਇੱਥੋਂ ਕਰਾਂਗੇ। ਇੱਥੇ ਫਸਟ ਤੇ ਅਸੀਂ ਚਿਮਨੀ ਦਾ ਪੁਆਇੰਟ ਬਣਾਇਆ, ਇੱਥੇ ਆਪਾਂ ਚਿਮਨੀ ਲਗਾਵਾਂਗੇ ਔਰ ਉਸ ਤੋਂ ਨੈਕਸਟ ਇੱਕ ਥੋੜ੍ਹੀ ਕਿਚਨ ਨੂੰ ਆਪਾਂ ਨੇ ਸੁੰਦਰਤਾ ਦੇਣ ਵਾਸਤੇ ਆਪਾਂ ਇੱਥੇ ਲਾਈਟਿੰਗ ਕੀਤੀ ਹੈਗੀ, ਸਪੋਟ ਲਾਈਟਿੰਗ ਆ ਤੁਸੀਂ ਦੇਖ ਰਹੇ ਹੋ। ਇਸ ਦੇ ਵਿੱਚ ਆਪਾਂ ਕੋਈ ਵੀ ਸਮਾਨ, ਡਿਸਪਲੇ ਦਾ ਸਮਾਨ ਆਪਾਂ ਇੱਥੇ ਰੱਖ ਸਕਦੇ ਹਾਂ ਔਰ ਨੀਚੇ ਵਾਲੀ ਸਾਈਡ ਤੇ ਦੇਖਾਂ ਤਾਂ ਨੀਚੇ ਵਾਲੀ ਸਾਈਡ ਤੇ ਵੀ ਅਸੀਂ ਸਪੋਟ ਲਾਈਟ ਲਗਾਈਏ। ਇਸ ਦੇ ਨਾਲ ਕੀ ਹੁੰਦਾ ਵੀ ਆਪਾਂ ਨੀਚੇ ਕੋਈ ਵੀ ਆਪਣਾ ਸਮਾਨ ਪਿਆਗਾ ਇੱਥੇ ਆਪਣੇ ਕਾਊਂਟਰ ਦੇ ਉੱਤੇ ਤਾਂ ਉਹ ਹਾਈਲਾਈਟ ਹੁੰਦਾ ਹੈਗਾ, ਮਤਲਬ ਇੱਕ ਅੱਛਾ ਲੱਗਦਾ ਹੈਗਾ। ਜੋ ਵੀ ਬਾਹਰੋਂ ਕੋਈ ਵੀ ਆਉਂਦਾ ਹੈਗਾ ਤਾਂ ਆਪਾਂ ਨੂੰ ਉਹ ਚੀਜ਼ ਬਹੁਤ ਹੀ ਵਧੀਆ ਲੱਗਦੀ ਹੈ ਔਰ ਆਪਾਂ ਅੱਗੇ ਚੱਲਦੇ ਹਾਂ। ਅਸੀਂ ਸ਼ੌਕਰ ਵਾਲੇ ਡੋਰ ਬਣਾਏ ਨੇ ਦੋ, ਤੁਸੀਂ ਦੇਖ ਲਓ ਬਹੁਤ ਈਜ਼ੀਲੀ ਕੋਈ ਵੀ ਸਮਾਨ ਆਪਾਂ ਨੂੰ ਕੱਢਣਾ ਔਰ ਇਸਨੂੰ ਬਹੁਤ ਈਜ਼ੀਲੀ ਰਹਿੰਦਾ ਇਸਨੂੰ ਖੋਲ੍ਹਣਾ ਔਰ ਬੰਦ ਕਰਨਾ ਔਰ ਨੈਕਸਟ ਇੱਕ ਸਿੰਗਲ ਡੋਰ ਔਰ ਆਪਾਂ ਇਸ ਤੋਂ ਬਾਅਦ ਆਪਾਂ ਇੱਕ ਗਲਾਸ ਵਾਲੀ ਅਲਮੀਰਾ ਕਹਿ ਸਕਦੇ ਇਸਨੂੰ, ਗਲਾਸ ਵਾਲਾ ਇੱਕ ਬਾਕਸ ਬਣਾਏਗਾ ਪੈਂਟਰੀ ਦੀ ਤਰ੍ਹਾਂ ਇਹ ਔਰ ਇਹ ਅਸੀਂ ਪੁਸ਼ ਕੈਚਰ ਲਗਾਏ ਨੇ ਇਸਦੇ ਉੱਤੇ ਆ ਤੁਸੀਂ ਦੇਖੋਗੇ ਜੋ ਕਿ ਤੁਸੀਂ ਦੇਖ ਰਹੇ ਹੋ ਅਸੀਂ 10x12 ਦੀ ਕਿਚਨ ਰੈਡੀ ਕੀਤੀ ਆ ਔਰ ਇਹ ਪੂਰੀ ਕਿਚਨ ਹੈ ਜੋ ਆਪਾਂ ਇਸ ਨੂੰ ਹੈਂਡਲੈਸ ਕਹਾਂਗੇ ਔਰ ਆ ਤੁਸੀਂ ਦੇਖ ਰਹੇ ਹੋ ਜੋ ਕਿ ਅਸੀਂ ਰੋਜ਼ ਗੋਲਡਨ ਕਲਰ ਦੀ ਇੱਥੇ ਪ੍ਰੋਫਾਈਲ ਲਗਾਈ ਹੋਈ ਹੈ ਵੀ ਇਹ ਹੈਂਡਲੈਸ ਕਿਚਨ ਤਿਆਰ ਕੀਤੀ ਹੋਈ ਹੈ ਔਰ ਵਿਦ ਗ੍ਰੇ ਲੈਮੀਨੇਟ ਔਰ ਵਾਈਟ ਲੈਮੀਨੇਟ ਦੇ ਨਾਲ ਔਰ ਸਾਈਡ ਤੇ ਵੀ ਅਸੀਂ ਇਸ ਨੂੰ ਪੁਸ਼ ਵਾਲੀ ਡੋਰ ਬਣਾਏ ਨੇ, ਪੁਸ਼ ਕੀਤਾ ਔਰ ਡੋਰ ਆਪਣਾ ਖੁੱਲ ਗਿਆ ਇਸੇ ਤਰ੍ਹਾਂ ਹੀ ਔਰ ਨੀਚੇ ਵਾਲੀ ਸਾਈਡ ਤੇ ਵੀ, ਨੀਚੇ ਵਾਲੀ ਸਾਈਡ ਤੇ ਆਪਾਂ ਕੋਈ ਵੀ ਬੜਾ ਸਮਾਨ ਰੱਖ ਸਕਦੇ ਹਾਂ ਇੱਥੇ। ਇਸ ਸਾਈਡ ਤੇ ਵੀ ਇਦਾਂ ਹੀ ਕੋਈ ਵੀ ਬੜਾ ਸਮਾਨ ਰੱਖਣ ਔਰ ਆਪਾਂ ਨੇ 3 ਰੈਕਸ ਬਣਾਉਣੀ ਕੋਰਨਰ ਸਾਈਡ ਆ ਗਈ ਇਸ ਸਾਈਡ, ਇਸ ਦੇ ਉੱਤੇ ਆਪਾਂ ਨੇ ਕੋਰਨਰ ਦੀ ਇੱਕ ਸਲੈਬ ਰੱਖ ਕੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਸਨੂੰ ਕਵਰ ਕੀਤਾ ਹੋਇਆ। ਔਰ ਇਸ ਸਾਈਡ ਵੀ ਆਪਣੇ ਰੈਕ ਆ ਗਈ, ਫਸਟ ਵਾਲਾ ਆਪਣਾ ਕਟਲਰੀ ਵਾਲਾ, ਇਸ ਦੇ ਵਿੱਚ ਕੋਲ ਚਮਚੇ ਕੜਛੇ ਆ, ਕੋਈ ਵੀ ਆਪਾਂ ਛੋਟਾ ਸਮਾਨ ਔਰ ਲੰਬਾ ਸਮਾਨ ਇਸ ਦੇ ਵਿੱਚ ਰੱਖ ਸਕਦੇ ਹਾਂ। ਇਸ ਦੇ ਵਿੱਚ ਕੋਲੀਆਂ ਬਾਊਲ ਔਰ ਲਾਸਟ ਵਾਲੇ ਦੇ ਵਿੱਚ ਆਪਾਂ ਪਲੇਟਾਂ ਔਰ ਨੀਚੇ ਵਾਲੇ ਆਪਣੇ ਸ਼ੈਂਕ ਦੇ ਡੋਰ ਆ ਗਏ ਔਰ ਆਪਾਂ ਚੱਲਦੇ ਹਾਂ ਹੁਣ ਅੱਗੇ ਵਾਲੀ ਸਾਈਡ। ਸਭ ਤੋਂ ਫਸਟ ਦੇ ਉੱਤੇ ਅਸੀਂ ਸ਼ੌਕਰ ਵਾਲਾ ਡੋਰ ਲਗਾਇਆ ਔਰ ਨੀਚੇ ਸਪੋਟ ਲਾਈਟ ਲਗਾ ਕੇ ਡਿਜ਼ਾਇਨਿੰਗ ਕੀਤੀ, ਇੱਥੇ ਵੀ ਬਹੁਤ ਹੀ ਅੱਛੀ ਲੱਗ ਰਹੀ ਹੈ ਜੀ।
ਸਾਡੀ ਇਹ ਮਾਡਿਊਲਰ ਕਿਚਨ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਜਿਸ ਵੀ ਮੇਰੇ ਮਿੱਤਰ ਦਾ ਜਾਂ ਭਰਾ ਦਾ ਸਾਡੇ ਦਾ ਕਿਸੇ ਦਾ ਵੀ ਕੋਈ ਵੀ ਸਵਾਲ ਹੋਵੇ ਤਾਂ ਤੁਸੀਂ ਸਾਨੂੰ ਕਮੈਂਟਸ ਦੇ ਵਿੱਚ ਤੁਸੀਂ ਮੈਸੇਜ ਕਰਕੇ ਸਾਨੂੰ ਪੁੱਛ ਸਕਦੇ ਹੋ। ਔਰ ਤਕਰੀਬਨ ਅਸੀਂ ਨੇ ਸਾਈਜ਼ ਹੈ ਜੋ ਤੁਹਾਨੂੰ ਕਿਚਨ ਦਾ ਅਸੀਂ ਨੇ ਦੱਸ ਦਿੱਤਾ, ਐਲ ਸ਼ੇਪ ਇਹ ਕਿਚਨ ਤਿਆਰ ਕੀਤੀ ਹੈ। ਔਰ ਇਸੇ ਤਰ੍ਹਾਂ ਦੀਆਂ ਹੋਰ ਘੈਂਟ ਘੈਂਟ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ। ਓਕੇ ਜੀ, ਥੈਂਕ ਯੂ ਸੋ ਮਚ।